ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਅਸੀਂ ਬਣਾਵਾਂਗੇ ਬੇਸਣ। ਸਭ ਤੋਂ ਪਹਿਲਾਂ ਇੱਕ ਪੈਨ ਵਿੱਚ ਆਪਾਂ ਡਰਾਈ ਫਰੂਟ ਨੂੰ ਡਰਾਈ ਰੋਸਟ ਕਰਾਂਗੇ। ਉਸ ਤੋਂ ਬਾਅਦ ਇੱਕ ਪੈਨ ਵਿੱਚ ਆਪਾਂ ਲਵਾਂਗੇ 1 ਕੱਪ ਦੇਸੀ ਘਿਓ। ਫਿਰ ਉਹਦੇ ਵਿੱਚ ਐਡ ਕਰਾਂਗੇ ਆਪਾਂ 2 ਕੱਪ ਬੇਸਣ ਅਤੇ ਉਹਨੂੰ ਚੰਗੀ ਤਰ੍ਹਾਂ ਭੁੰਨਾਂਗੇ। ਬੇਸਣ ਨੂੰ 20-25 ਮਿੰਟ ਲਈ ਚੰਗੀ ਤਰ੍ਹਾਂ ਭੁੰਨ ਲਵੋ। ਫਿਰ ਉਹਦੇ ਵਿੱਚ ਐਡ ਕਰਾਂਗੇ ਡਰਾਈ ਫਰੂਟਸ ਅਤੇ ਥੋੜ੍ਹੀ ਸ਼ੂਗਰ ਅਤੇ ਫਿਰ ਉਹਨੂੰ ਮਿਕਸ ਕਰਾਂਗੇ। ਉਹਨੂੰ ਦੂਜੇ ਬੋਲ ਵਿੱਚ ਟ੍ਰਾਂਸਫਰ ਕਰਾਂਗੇ ਅਤੇ ਫਿਰ ਪੀਸਿਸ ਵਿੱਚ ਕੱਟ ਕਰਾਂਗੇ।